are watching Channel Y. Channel Y, a South Asian Canadian channel. ਗੈਂਗਸਟਰਾਂ ਨੂੰ ਸ਼ਹਿਦ ਦੇਣ ਦੇ ਮੁੱਦੇ ਉੱਤੇ ਸਰਕਾਰਾਂ ਹਮੇਸ਼ਾ ਇੱਕ ਦੂਸਰੇ ਉੱਤੇ ਇਲਜ਼ਾਮ ਲਗਾਉਂਦੀਆਂ ਨੇ। ਸੋਸ਼ਲ ਮੀਡੀਆ ਉੱਤੇ ਅਜਿਹਾ ਹੀ ਕੁਝ ਹਾਲ ਹੀ ਵਿੱਚ ਸਾਹਮਣੇ ਆਇਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਘੇਰਦੇ ਘੇਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਸਵਾਲਾਂ ਵਿੱਚ ਘਿਰ ਗਏ ਨੇ। ਦਰਅਸਲ ਮਾਮਲਾ ਇਹ ਹੈ ਕਿ ਕੈਪਟਨ ਨੇ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਘੇਰਨ ਲਈ ਉਹਨਾਂ ਦੀਆਂ ਫੋਟੋਆਂ ਹਰਜਿੰਦਰ ਸਿੰਘ ਬਿੱਟੂ ਸਰਪੰਚ ਨਾਲ ਜਾਰੀ ਕੀਤੀਆਂ। ਇਹਨਾਂ ਤਸਵੀਰਾਂ ਵਿੱਚ ਸੁਖਬੀਰ, ਮਜੀਠੀਆ, ਹਰਸਿਮਰਤ ਅਤੇ ਹੋਰ ਅਕਾਲੀ ਲੀਡਰ ਨਜ਼ਰ ਆ ਰਹੇ ਨੇ। ਕੈਪਟਨ ਨੇ ਹਰਜਿੰਦਰ ਸਿੰਘ ਬਿੱਟੂ ਨੂੰ ਫੋਟੋ ਵਿੱਚ ਗੈਂਗਸਟਰ ਦੱਸਿਆ, ਲੇਕਿਨ ਦਿਲਚਸਪ ਇਹ ਹੈ ਕਿ ਇਸ ਤੋਂ ਕੁਝ ਘੰਟੇ ਬਾਅਦ ਹੀ ਅਕਾਲੀ ਦਲ ਨੇ ਉਸੇ ਹਰਜਿੰਦਰ ਬਿੱਟੂ ਸਰਪੰਚ ਨਾਲ ਕੈਪਟਨ ਦੀ ਫੋਟੋ ਜਾਰੀ ਕਰ ਦਿੱਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਗੈਂਗਸਟਰ ਨੂੰ ਸ਼ਹਿਦ ਦੇਣ ਵਾਲਿਆਂ ਦੀ ਸੂਚੀ ਵਿੱਚ ਕੈਪਟਨ ਦਾ ਨਾਂ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਫੋਟੋ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਸਾਲ 2017 ਦੇ ਚੋਣ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਾਮੀ ਹਰਜਿੰਦਰ ਸਿੰਘ ਬਿੱਟੂ ਸਰਪੰਚ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਨਾਲ ਇਹ ਵੀ ਕਿਹਾ ਕਿ ਇਹ ਫੋਟੋ ਰਾਜਪਾਲ VP ਸਿੰਘ ਬਦਨੌਰ ਨੂੰ ਭੇਜੀ ਜਾਵੇਗੀ ਤਾਂ ਕਿ ਉਹ ਵੀ ਸਮਝ ਜਾਣ ਕਿ ਕਿਸ ਤਰ੍ਹਾਂ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲਾਭਾਂ ਲਈ ਗੈਂਗਸਟਰਾਂ ਦੀ ਵਰਤੋਂ ਕੀਤੀ। ਉਹਨਾਂ ਕਿਹਾ ਉਹ ਗੈਂਗਸਟਰ ਨਾਲ ਮਿਲੇ ਹੋਏ ਨੇ ਅਤੇ ਆਪਣੇ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਉਹਨਾਂ ਦੀ ਵਰਤੋਂ ਕਰ ਰਹੇ ਨੇ। ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਗੈਂਗਸਟਰ ਬਿੱਟੂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਤਸਵੀਰ ਸਮੇਤ ਅਕਾਲੀ ਦਲ ਇੱਕ ਹੋਰ ਤਸਵੀਰ ਵੀ ਭੇਜੇਗਾ, ਜਿਸ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਨਾਮੀ ਗੈਂਗਸਟਰ ਪ੍ਰਦੀਪ ਸੰਧੂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਜਾ ਰਿਹਾ। ਇਹ ਤਸਵੀਰ ਵੀ 2017 ਦੀ ਹੈ। ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਮੁੱਖ ਮੰਤਰੀ ਨੇ ਬਿੱਟੂ ਦੀਆਂ ਅਕਾਲੀ ਆਗੂਆਂ ਨਾਲ ਖਿੱਚੀਆਂ ਕੁਝ ਪੁਰਾਣੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ, ਪਰ ਉਹ ਇਹ ਭੁੱਲ ਗਏ ਕਿ ਉਹਨਾਂ ਨੇ 2017 'ਚ ਸਰਕਾਰ ਬਣਾਉਣ ਮੌਕੇ ਹਰਜਿੰਦਰ ਬਿੱਟੂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਉਸ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਸੀ। ਇਹਦੇ ਨਾਲ ਹੀ ਹੁਣ ਜਿਸ ਫੋਟੋ ਉੱਤੇ ਦੋਨਾਂ ਹੀ ਪਾਰਟੀਆਂ ਉਸ ਵਿਅਕਤੀ ਨੂੰ ਗੈਂਗਸਟਰ ਕਹਿ ਰਹੀਆਂ ਨੇ, ਉਸ ਨੇ ਵੀ ਮੀਡੀਆ ਸਾਹਮਣੇ ਆ ਕੇ ਕੈਪਟਨ ਅਮਰਿੰਦਰ ਸਿੰਘ ਉੱਤੇ ਮਾਨਹਾਨੀ ਦਾ ਮੁਕੱਦਮਾ ਦਰਜ ਕਰਾਉਣ ਦੀ ਗੱਲ ਕਹੀ ਹੈ। ਹਰਜਿੰਦਰ ਸਿੰਘ ਸਰਪੰਚ ਦੇ ਅਨੁਸਾਰ ਉਸਦੇ ਉੱਤੇ ਲੱਗੇ ਸਾਰੇ ਆਰੋਪ ਕੋਰਟ ਵੱਲੋਂ ਪਹਿਲਾਂ ਹੀ ਖਾਰਜ ਕਰ ਦਿੱਤੇ ਗਏ ਨੇ। ਹੁਣ ਇਸ ਲਈ ਉਸਨੂੰ ਗੈਂਗਸਟਰ ਕਹਿਣਾ ਸਹੀ ਨਹੀਂ ਹੈ। ਮੈਂ ਤਾਂ ਇਹੀ ਗੱਲ ਮੈਂ ਪੁੱਛਣਾ ਚਾਹੁੰਦਾ, ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਮੈਨੂੰ ਗੈਂਗਸਟਰ ਕਹਿੰਦੇ ਕਿਸ ਆਧਾਰ 'ਤੇ ਹੈ? ਮੈਂ ਤਾਂ ਇੱਕ ਆਮ ਇਨਸਾਨ ਹਾਂ, ਪਿੰਡ ਦਾ ਆਪਦੇ ਪਰਿਵਾਰ 'ਚ ਰਹਿੰਦਾ, ਆਪਦੇ ਬੱਚੇ ਪਾਲ ਰਿਹਾ ਅਤੇ ਮਤਲਬ ਪਿੰਡ ਦਾ ਸਾਬਕਾ ਸਰਪੰਚ ਹਾਂ, ਪਿੰਡ ਨੇ ਮੈਨੂੰ ਸਰਪੰਚ ਬਣਾਇਆ ਸੀਗਾ ਅਤੇ ਮੈਂ ਤਾਂ ਇਹ ਗੱਲ ਸਰਕਾਰ ਤੋਂ ਪੁੱਛਣੀ ਚਾਹੁੰਦਾ ਵੀ ਮੈਨੂੰ ਕਿਸ ਆਧਾਰ 'ਤੇ ਉਹ ਗੈਂਗਸਟਰ ਕਹਿ ਰਹੇ ਆ? ਸੱਤ ਪਰਚੇ ਉੱਡੇ 'ਤੇ ਪੁਲਿਸ ਕਹਿੰਦੀ ਹੈ ਟੁੱਟਾਂ ਖੂਹਾਂ ਦੇ ਬਥੇਰੇ ਪਰਚੇ। ਮੈਂ ਇਹੀ ਗੱਲ ਹੀ ਪੁੱਛਣਾ ਚਾਹੁੰਦਾ ਸਰਕਾਰ ਤੋਂ, ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਣਾ ਚਾਹੁੰਦਾ, ਸੁਖਬੀਰ ਸਿੰਘ ਬਾਦਲ ਤੋਂ ਵੀ ਇਹ ਗੱਲ ਪੁੱਛਣੀ ਚਾਹੁੰਦਾ ਮੈਂ ਕਿ ਮੈਨੂੰ ਉਹ ਦੱਸਣ ਕਿ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਕੀ ਇਹ ਅਦਾਲਤਾਂ ਤੋਂ ਵੀ ਉੱਤੇ ਨੇ? ਕੀ ਇਹ ਜਿਹੜੇ ਲੀਡਰ ਨੇ ਆਪਣੇ ਸਰਕਾਰੀ ਸਰਕਾਰਾਂ ਲੀਡਰ ਨੇ ਜਿਹੜੇ, ਇਹ ਆਪਣੇ ਅਦਾਲਤਾਂ ਤੋਂ ਵੀ ਉੱਤੇ ਹੋ ਕੇ ਅਦਾਲਤਾਂ ਨੇ ਮੈਨੂੰ ਬਰੀ ਕੀਤਾ ਹੋਇਆ ਸਾਰੇ ਮੁਕੱਦਮਿਆਂ 'ਚੋਂ ਬਾਅਦ ਜਿੱਦ ਮੈਨੂੰ ਬਰੀ ਕੀਤਾ, ਮੇਰੇ 'ਤੇ ਕੋਈ ਮੁਕੱਦਮਾ ਹੀ ਨਹੀਂ। ਮੈਨੂੰ ਸਾਬਤ ਤਾਂ ਕਰਨ ਵੀ ਗੈਂਗਸਟਰ ਮੈਨੂੰ ਕਹਿੰਦੇ ਕਿਸ ਆਧਾਰ 'ਤੇ ਨੇ? ਮੈਨੂੰ ਬਹੁਤ ਪਰੇਸ਼ਾਨੀ ਹੈ, ਮੇਰੇ ਪਰਿਵਾਰ ਨੂੰ ਬਹੁਤ ਪਰੇਸ਼ਾਨੀ ਹੈ ਕਿ ਮੈਨੂੰ ਇਹ ਕਿਸ ਤਰ੍ਹਾਂ ਕਿਸ ਆਧਾਰ 'ਤੇ ਮੈਨੂੰ ਇਹ ਗੈਂਗਸਟਰ ਕਹਿ ਰਹੇ ਹੈ। ਮੈਂ ਆਪਦੇ ਵਕੀਲਾਂ ਨਾਲ ਰਾਏ ਕਰ ਰਿਹਾ, ਵਕੀਲਾਂ ਨਾਲ ਰਾਏ ਕਰਕੇ ਮੈਂ ਇਹਨਾਂ ਸਾਰਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰੂੰਗਾ, ਮਾਣਹਾਨੀ ਦਾ ਇਹਨਾਂ 'ਤੇ ਕੇਸ ਕਰੂੰਗਾ ਅਤੇ ਮੈਂ ਵਾਰੀ ਵਾਰੀ ਇਹ ਗੱਲ ਕਹਿਣਾ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ, ਜੋ ਵੀ ਮੈਨੂੰ ਗੈਂਗਸਟਰ ਕਹਿੰਦਾ ਮੈਂ ਉਸ ਹਰ ਇੱਕ ਨੂੰ ਮੇਰਾ ਇਹ ਸਵਾਲ ਹੈ ਵੀ ਮੈਨੂੰ ਸਾਬਤ ਕਰਨ ਵੀ ਮੈਂ ਗੈਂਗਸਟਰ ਕਿਵੇਂ ਹਾਂ। ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਦੇ ਮੁੱਦੇ ਨੂੰ ਲੈ ਕੇ ਅਕਾਲੀ ਅਤੇ ਕਾਂਗਰਸ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇੱਕ ਫੋਟੋ ਪਾ ਕੇ ਅਕਾਲੀ ਦਲ ਦੇ ਸੰਬੰਧ ਗੈਂਗਸਟਰਾਂ ਨਾਲ ਦੱਸੇ, ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਦਾਅ ਉਲਟਾ ਉਹਨਾਂ 'ਤੇ ਹੀ ਪੈ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ
सुखबीर दे सवालों का की जवाब देंगे। ब्यूरो रिपोर्ट चैनल वाई। यू आर वॉचिंग चैनल वाई, चैनल वाई, अ साउथ एशियन कनेडियन चैनल।